ਵਾਮੀਕਾ ਕੱਪੀ ਦੀ ਐਕਟਿੰਗ ਦਾ ਤਾਂ ਹਰ ਕੋਈ دیਵਾਨਾ ਹੈ ਹੀ ਤੇ ਹਿਵਾਮੀ ਕੱਪੀ ਨੇ ਰੀਸੈਂਟਲੀ ਇੱਕ ਇੰਟਰਵਿਊ ਦਿੱਤੀ ਜਿਸ ਵਿੱਚ ਉਸਨੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਲਈ ਵੱਡੇ ਖੁਲਾਸੇ ਕੀਤੇ ਉੱਥੇ ਹੀ ਉਸਨੇ ਨਿਮਰਤ ਖਹਿਰਾ ਦੀ ਫਿਲਮ ਸੌਕਨ ਸੌਕਨੇ ਨੂੰ ਵੀ ਕਾਫੀ ਜ਼ਿਆਦਾ ਸਿਰ ਹਾਇਆ ਵਾਮੀਕਾ ਕੱਪੀ ਨੇ ਕਿਹਾ ਨਿਮਰਤ ਖਹਿਰਾ ਦੀ ਇਸ ਫਿਲਮ ਦੇ ਵਿੱਚ ਐਕਟਿੰਗ ਕਾਫੀ ਜ਼ਿਆਦਾ ਵਧੀਆ ਸੀ ਐਂਡ ਉੱਥੇ ਹੀ ਐਮੇ ਵਿਰਗ ਨੇ ਵੀ ਇਸ ਵਿੱਚ ਬਹੁਤ ਖੂਬ ਰੋਲ ਨਿਭਾਇਆ ਸਰਗੁਣ ਮਹਿਤਾ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੈ ਉਸ ਦੀ ਐਕਟਿੰਗ ਦਾ ਤਾਂ ਕੋਈ ਤੋੜ ਨਹੀਂ ਇਸ ਦਾ ਬੈਸਟ ਐਕਟ੍ਰੈਸ ਉੱਥੇ ਹੀ ਵਾਮਿਕਾ ਗੱਭੀ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਫੀਮੇਲਸ ਦਾ ਸਟਰੋਂਗ ਬੌਂਡ ਵੀ ਸਿਰਹਾਇਆ ਕਿਉਂਕਿ ਪੰਜਾਬੀ ਇੰਡਸਟਰੀ ਦੇ ਵਿੱਚ ਫੀਮੇਲਸ ਇੱਕ ਦੂਜੇ ਦੇ ਨਾਲ ਕਾਫੀ ਮਿਲ ਜੁਲ ਕੇ ਰਹਿੰਦੀਆਂ ਨੇ ਤੇ ਇੱਕ ਦੂਜੇ ਤੋਂ ਜੈਲਸ ਹੋਣ ਦੀ ਬਜਾਏ ਇੱਕ ਦੂਜੇ ਦਾ ਸਾਥ ਦਿੰਦੀਆਂ ਨੇ ਅਜੀਵਮਿਕਾ ਨੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਖੁਲਾਸਾ ਕੀਤਾ ਜਿੱਥੇ ਕਿ ਉਸਨੇ ਦੱਸਿਆ ਉਸ ਦੀਆਂ ਕਾਫੀ ਪੰਜਾਬੀ ਮੂਵੀਜ਼ ਹੁਣ ਆਉਣ ਵਾਲੀਆਂ ਨੇ ਜਿਸ ਦੇ ਵਿੱਚ ਫਰਸਟ ਨੰਬਰ ਤੇ ਉਸਨੇ ਕਿਹਾ ਕਿ ਉਸ ਦੀ ਮਲਧ ਹੀ ਪਰਮੇਸ਼ਰ ਫਰਮਾ ਦੇ ਨਾਲ ਤਬਾਹ ਮੂਵੀ ਆਉਣ ਵਾਲੀ ਹੈ ਜੋ ਕਿ ਕਾਫੀ ਸਪੈਸ਼ਲ ਹੋਵੇਗੀ ਤੇ ਦੇਖਣ ਦੇ ਲਾਇਕ ਹੋਵੇਗੀ ਉੱਥੇ ਹੀ ਉਸਨੇ ਆਪਣੇ ਨੈਕਸਟ ਪ੍ਰੋਜੈਕਟ ਬਾਰੇ ਦੱਸਿਆ ਈਰੋ ਬਾਜ਼ੀ ਆ ਤੇ ਸਤਿੰਦਰ ਸਰਤਾਜ ਨਾਲ ਉਸ ਦੀ ਫਿਲਮ ਕਲੀਜੋਟਾ ਜਲਦ ਹੀ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ ਉਸਨੇ ਦੱਸਿਆ ਕਿ ਉਸ ਦੀ ਫਿਲਮ ਕਿੱਕਲੀ ਜਿਸ ਦੇ ਵਿੱਚ ਉਸਨੇ ਆਪਣੀ ਖਾਸ ਭੂਮਿਕਾ ਮੰਡੀ ਦੇ ਨਾਲ ਨਿਭਾਈ ਹੈ ਐਂਡ ਉਸਨੇ ਇਹ ਫਿਲਮ ਵੀ ਸਾਤਨ ਸੋਕਨਾ ਦੀ ਤਰ੍ਹਾਂ ਹੀ ਹੈ ਬਟ ਇਸ ਫਿਲਮ ਦਾ ਕਨਸੈਪਟ ਕੋਮੇਡੀ ਨਹੀਂ ਹੈ ਕਾਫੀ ਜ਼ਿਆਦਾ ਸਪੈਸ਼ਲ ਹੋਣ ਵਾਲੀ ਹੈ ਫਿਲਮ ਜਲਦ ਹੀ ਹੁਣ ਸਾਨੂੰ ਵਾਮਿਕਾ ਗੱਭੀ ਡਿਫਰੈਂਟ ਕਨਸੈਪਟ ਦੇ ਨਾਲ ਸਕਰੀਨ ਉੱਪਰ ਦੇਖਣ ਨੂੰ ਮਿਲੇਗੀ ਸਾਹੀ ਵਾਮਿਕਾ ਗੱਭੀ ਆਪਣੇ ਡੇਲੀ ਅਪਡੇਟਸ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਵੀ ਲੋਕਾਂ ਦੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ ਤੁਹਾਡੇ ਵਿੱਚੋਂ ਕੌਣ-ਕੌਣ ਵਾਮਿਕਾ ਗੱਭੀ ਦੇ ਆਉਣ ਵਾਲੇ ਪ੍ਰੋਜੈਕਟਸ ਦੇ ਲਈ ਸਾਈਟਡ ਹੈ ਐਂਡ ਉਸ ਨੂੰ ਪਸੰਦ ਕਰਦਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਆਪਾਂ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ